ਹਾਂਜੀ ਵੀਰ ਜੀ, ਸਾਰੇ ਵੀਰੇ ਸਤਿ ਸ਼੍ਰੀ ਅਕਾਲ ਜੀ। ਵਿਜੇ ਤੁਹਾਨੂੰ ਨਾਮੀ ਝੋਟਾ ਦਿਖਾਉਣ ਲੱਗੇ ਜੀ, ਅਤੇ ਜਿਹਨੇ ਸ਼ੁਰੂ ਤੋਂ ਲੈ ਕੇ ਹੁਣ ਤੱਕਰ ਨਾਮ ਜਿੱਤਦਾ ਆ, ਚਲੋ ਐਤਕ ਵੀ ਜਿੱਤਿਆ, ਠੀਕ ਹੈ ਜੀ। ਅਤੇ ਇੱਕ ਝੋਟੀ ਹੈ ਜੀ ਇਹਨਾਂ ਕੋਲੋਂ, ਉਹ ਵੀ ਵਿਖਾਵਾਂਗੇ ਤੁਹਾਨੂੰ, ਅਤੇ ਸਾਰਾ ਰਿਕੋਰਡ ਪੁੱਛਾਂਗੇ ਜੀ ਕੀ ਰਿਕੋਰਡ ਆ, ਅਤੇ ਕਿੰਨੇ ਟਾਈਮ ਤੋਂ ਜਿੱਤਦਾ ਆ ਰਿਹਾ ਜੀ, ਇਹ ਕਿਹੜੇ ਕਿਹੜੇ ਮੇਲੇ ਜਿੱਤਾ ਹੈ, ਠੀਕ ਹੈ ਜੀ। ਹੁਣ ਆਪਾਂ ਇਹਨਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਵੀਰ ਜੀ, ਪਹਿਲਾਂ ਆਪਦਾ ਡਿਟੇਲ ਦੱਸੋ ਸਾਰੀ ਜੀ। ਬਾਈ ਜੀ, ਮੇਰਾ ਨਾਮ ਦਵਿੰਦਰ ਸਿੰਘ ਬੱਬਾ ਜੀ। ਠੀਕ ਹੈ ਜੀ। ਪਿੰਡ ਰੋਡੇ ਜੀ। ਹਾਂਜੀ। ਤਹਿਸੀਲ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ ਜੀ। ਠੀਕ ਹੈ, ਨੰਬਰ ਵੀ ਬੋਲੋ ਜੀ ਆਪਦਾ। ਨੰਬਰ 98727। ਠੀਕ ਹੈ ਜੀ। 16232। ਇੱਕ ਵਾਰ ਫਿਰ ਬੋਲੋ ਜੀ। 98727। ਠੀਕ ਹੈ ਜੀ। 16232। ਠੀਕ ਹੈ। ਵੀਰ ਜੀ, ਇਹ ਮਾਲੀ ਦਾ ਨਾਮ ਕੀ ਹੈ ਜੀ? ਕੈਪਟਨ ਹੈ ਜੀ। ਕੈਪਟਨ ਬੋਲਣਾ। ਹਾਂਜੀ। ਠੀਕ ਹੈ ਜੀ। ਇਹ ਕੀ PDF ਤੋਂ ਜੇਤੂ ਰਿਹਾ ਜੀ? ਇਹ ਜੀ ਜਿਉਂ ਖੀਰੇ ਦੁੰਦਿਆਂ ਤੋਂ ਲੈ ਕੇ ਹਾਂਜੀ ਹਾਂਜੀ ਜਿੱਦਾਂ ਤੁਰਿਆ ਆਇਆ। ਹਾਂਜੀ, PDF ਤੋਂ ਵੀ ਫਸਟ ਆਇਆ। ਹਾਂਜੀ ਹਾਂਜੀ, ਠੀਕ ਹੈ ਜੀ। ਅਤੇ ਪਟਿਆਲੇ ਤੋਂ ਦੂਸਰੇ ਸਥਾਨ 'ਤੇ ਆਇਆ ਸੀ, ਮੋਸਰ ਸਾਹਿਬ ਤੋਂ ਵੀ ਜਿੱਦਾਂ ਹੀ ਤੁਰਿਆ ਆਇਆ ਜੀ। ਜਿੱਦਾਂ ਤੁਰਿਆ ਆਇਆ ਜੀ, ਠੀਕ ਹੈ ਜੀ। ਅਤੇ ਵੀ ਜੀ, ਕੀ ਰਿਕਾਰਡ ਸੀ ਇਹਦੀ ਮਦਰ ਦਾ ਜੀ? ਇਹਦੀ ਦਾ ਮਦਰ ਜੀ 23 ਕਿਲੋ 700 ਗ੍ਰਾਮ ਸੀ। 23 ਕਿਲੋ 700 ਗ੍ਰਾਮ। ਹਾਂਜੀ, ਠੀਕ ਹੈ ਜੀ। ਅਤੇ ਕਿਹੜੀ ਲੈਣ ਵਿੱਚੋਂ ਆ ਗਏ ਜੀ ਇਹ? ਇਹ ਜੀ ਸਾਡੇ ਜਥੇਦਾਰ ਰਣਧੀਰ ਸਿੰਘ। ਠੀਕ ਹੈ ਜੀ। ਹਾਂਜੀ ਹਾਂਜੀ, ਉਹਨਾਂ ਕੋਲੇ ਵੱਡਾ ਸਾਹਣ ਹੁੰਦਾ ਸੀ। ਠੀਕ ਹੈ ਜੀ। ਅਤੇ ਉਹ ਜਾਣੀ ਕੇਰਾਂ ਵੇਚਤਾ ਸੀ ਇਹਨਾਂ ਨੇ। ਹਾਂਜੀ ਹਾਂਜੀ। ਉਸ ਤੋਂ ਬਾਅਦ ਬਾਈ ਮੰਦਰ ਲੈ ਕੇ ਆਇਆ ਸੀ ਵਾਪਸ। ਠੀਕ ਹੈ ਜੀ। ਉਦੋਂ ਮੈਂ ਇਹਨਾਂ ਦੇ ਬਾਈ ਗੁਰਮੀਤੀਆਂ ਕੋਲੇ ਹੈਗੀ ਹੈ। ਹਾਂਜੀ ਹਾਂਜੀ, ਉਹਦਾ ਹੀ ਬੱਚਾ ਜੀ, ਉਹਨਾਂ ਤੋਂ ਲਿਆ ਸੀ ਇਹ। ਮਤਲਬ ਕਿ ਰੋਡੇ ਲੈਣ ਵਿੱਚੋਂ ਆ? ਰੋਡੇ ਲੈਣ। ਰੋਡੇ ਆਪਣੇ ਘਰ ਦਾ ਜੰਪਾ ਲਈ ਹੈ ਜੀ? ਹਾਂਜੀ ਹਾਂਜੀ। ਇਹ ਮਾਲੀ ਦੇ ਮੈਂ ਆਪਣੇ ਘਰ ਦਾ ਜੰਪਾ ਲਈ? ਨਹੀਂ, ਘਰ ਦਾ ਨਹੀਂ, ਇਹ ਬਾਈ ਰਣਧੀਰ ਸਿੰਘ ਡੈਰੀ ਵਾਲਿਆਂ ਦੇ। ਨਹੀਂ, ਮਤਲਬ ਕਿ ਮਦਰ ਦਾ ਨਹੀਂ ਘਰ ਦੇ ਹੁਣ ਆਪਣੇ ਨੇ। ਹਾਂ, ਘਰ ਦੀ ਜੀ, ਘਰ। ਹਾਂਜੀ ਹਾਂ, ਬਸ ਉਹੀ ਨਾ। ਚਲੋ ਫਿਰ ਮਾੜਾ ਤੋਰੀਏ ਜੀ ਨੂੰ। ਅਤੇ ਵੀਰ ਜੀ, ਕਿੰਨੀ ਉਮਰ ਹੋ ਗਈ ਜੀ ਇਹਦੀ? ਇਹ ਜੀ ਹੋਈ ਗਈ 6.5 ਸਾਲ। 6.5 ਸਾਲ ਹੋ ਗਿਆ ਹੈ ਜੀ। ਠੀਕ ਹੈ ਜੀ। ਦੇਖੋ ਮਾਲੀ ਦੀ ਗਰੋਥ ਵੇਖੋ ਜੀ। ਤੋਰ ਲਓ ਜੀ, ਤੋਰ, ਲੰਮਾ ਹੀ ਤੋਰੋ। ਠੀਕ ਹੈ ਜੀ, ਲਿਆਓ ਜੀ, ਲਿਆਓ, ਵਾਪਸ ਲਿਆਓ। ਜੇ ਸਿਮਨ ਵੀ ਫਿਰ ਤਿਆਰ ਕਰਾਇਆ ਹੋਊਗਾ ਜੀ? ਹਾਂ, ਸਿਮਨ ਤਿਆਰ ਆ ਜੀ ਇਹਦਾ। ਠੀਕ ਹੈ। ਵੈਸੇ ਆਪਾਂ ਪਹਿਲਾਂ ਵੀਡੀਓ ਬਣਾਈਆਂ ਸੀ, PDF ਬਣਾਈਆਂ ਸੀ, ਉਹਦੇ ਚਲੋ ਆਪਣੇ ਨਾਲ ਗੱਲਬਾਤ ਨਹੀਂ ਢੰਗ ਨਹੀਂ ਹੋਈ। ਅਤੇ ਵੀਰ ਜੀ, ਫਿਰ ਇਹਨਾਂ ਬੱਚੇ ਪੁੱਛੋ ਵੀ ਆ ਗਏ ਫਿਰ ਦੁੱਧ ਦੇ ਜੀ? ਹਾਂਜੀ, ਬੱਚੇ ਆ ਗਏ ਜੀ। ਅੱਛਾ, ਦੋ ਤਿੰਨ ਕੱਟੀਆਂ ਦਾ ਜੀ ਵੇਚ ਚੁੱਕੇ ਆ। ਅੱਛਾ, ਵੇਚ ਚੁੱਕੇ ਆ। ਤੇ ਕੋਈ ਦੁੱਧ ਲਿਆਈ ਜੀ? ਦੁੱਧ ਜੀ ਦੂਜਾ ਆਈਆਂ ਨੇ। ਹਾਂਜੀ, ਦੁੱਧ ਆਈਆਂ ਜੀ, 14-15 ਕਿਲੋ ਦਾ। 14-15 ਕਿਲੋ ਰਿਕਾਰਡ ਹੈਗਾ ਪਹਿਲਾਂ ਦਾ ਜੀ? ਹਾਂਜੀ ਹਾਂ, ਠੀਕ ਠੀਕ ਹੈ ਜੀ, ਠੀਕ। ਦੇਖੋ ਵੀਰ ਜੀ, ਸਾਰੀ ਮਾਲੀ ਦੀ ਗਰੋਥ ਵੇਖੋ, ਲੰਬਾਈ ਵੇਖੋ ਸਾਰੀ, ਇਹ ਟੂ ਜਿਹੜੇ ਸਾਰੀਆਂ ਨਿਸ਼ਾਨੀਆਂ ਆ ਗਈਆਂ ਜੀ। ਇੱਧਰ ਘੁਮਾਇਆ ਜੀ ਮੇਰੇ ਲਈ। ਹਾਂਜੀ, ਘੁਮਾ ਲਓ ਬਸ, ਠੀਕ ਹੈ ਜੀ। ਅਤੇ ਫਿਰ ਇਹਦੀ ਡਾਇਟ ਕੀ ਹੈ ਜੀ? ਫੀਡ ਫਿਰ ਇਹਨੂੰ ਕੀ ਪਾਉਂਦੇ ਤੁਸੀਂ ਜੀ? ਫੀਡ ਜੀ ਆਹੀ ਬਸ, ਤਾਰਾ ਮੀਰਾ, ਸੋਇਆਬੀਨ। ਠੀਕ ਹੈ ਜੀ। ਛੋਲੇ? ਹਾਂਜੀ, ਇਹਨਾਂ ਨੂੰ ਮਿਕਸ ਕਰਾ ਕੇ। ਅਤੇ ਕਿੰਨੀ ਖੁਰਾਕ ਪਾ ਦਿੰਦੇ ਜੀ ਫਿਰ ਇਹਨੂੰ? ਖੁਰਾਕ ਜੀ ਪੈ ਹੀ ਜਾਂਦਾ 10 ਕਿਲੋ ਦਾਣਾ ਜੀ। 10 ਕਿਲੋ ਦਾਣਾ ਪਾ ਦਿੰਦਾ, ਠੀਕ ਹੈ ਜੀ। ਉਹ ਸਿੱਧੇ ਜੈਂਪ ਨਹੀਂ ਲਵਾਉਂਦੇ? ਨਹੀਂ, ਸੀਮਨ ਤਿਆਰ ਕਰਨਾ। ਅਤੇ ਕੀ ਪ੍ਰਾਈਜ਼ ਜੀ ਫਿਰ ਸੀਮਨ ਦਾ ਜੀ? ਸੀਮਨ ਦਾ 300 ਰੁਪਈਆ ਸਟਾਰਟ। 300 ਰੁਪਈਆ। ਅਤੇ ਜੇ ਕਿਸੇ ਇਕੱਠੇ ਲੈਣਾ ਥੋੜ੍ਹਾ ਬਹੁਤ ਲੈਸ ਵੀ ਹੋ ਜਾਵੇ? ਲੈਸ ਵੀ ਹੋ ਜਾਵੇ, ਠੀਕ ਹੈ ਜੀ। ਚਲੋ ਬੰਦ ਵੀਰ ਜੀ ਨੂੰ। ਅਤੇ ਇਹਨੇ ਕਿੰਨਾ ਨੰਬਰ ਚੱਕਿਆ ਜੀ? ਇਹ ਜੀ ਚੌਥੇ ਸਥਾਨ ਤੇ ਆਈ ਜੀ। ਚੌਥੇ ਸਥਾਨ ਤੇ ਆਈ ਪੀੜੀ? ਹਾਂਜੀ, 2 ਸਾਲ ਦੀ ਹੈ ਜੀ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੀ ਰਹੀ ਹੈ। ਤੇ ਇਹ ਵੀ ਆਪਣੇ ਘਰ ਦੀ ਹੈ ਜੀ? ਘਰ ਦੀ ਕੋਈ। ਤੇ ਇਹਦਾ ਫਿਰ ਕੀ ਰਿਕਾਰਡ ਸੀ ਜੀ ਮਾਂ ਦਾ ਜੀ? ਇਹਦਾ ਮਾਂ ਥੱਲੇ ਸੀਗਾ ਜੀ, ਪਹਿਲੇ ਸੂਏ ਦੀ ਗਏ ਇਹ। ਅੱਛਾ, 14 ਕਿਲੋ ਦੋ ਸੀ। ਤੇ ਹੈ ਆਪਣੇ ਮਾਲੀ ਦੀ ਜੀ? ਆਪਣੇ ਮਾਲੀ ਦੀ, ਠੀਕ। ਇਸ ਟਾਈਮ ਗੱਬਨ ਤਾਂ ਨਹੀਂ ਜੀ? ਇਹ ਗੱਬਨ ਹੈਗੀ ਜੀ, ਗੱਬਣ ਹੈ। ਹਾਂਜੀ, 2 ਮਹੀਨੇ ਦੀ। ਤੇ ਫਿਰ ਇਹਨੂੰ ਸੇਲ ਕਰੋਗੇ ਜੀ? ਹਾਂਜੀ, ਕਰ ਦਾਂਗੇ ਜੀ। ਅੱਜ ਚਲੋ ਕਿਸੇ ਬਥੇਰੇ ਹੈਗੇ ਵੀਰ ਲੈਣ ਵਾਲੇ ਜੀ। ਹਾਂਜੀ ਹਾਂ, ਚਲੋ ਵੀਰ ਜੀ, ਇਹਨੂੰ ਵੀ ਤੋਰੋ ਫਿਰ ਮਾੜਾ ਜਿਹਾ ਜੀ। ਇੱਥੇ ਘੁੰਮਾ ਲਿਆ ਜੀ ਆਪਣਾ। ਅਤੇ ਵੇਖੋ ਹਜੇ ਕੱਦ ਘੱਟ ਰਹਿੰਦਾ, ਅਤੇ ਹਜੇ ਵੇਖੋ ਉਹਨੇ ਪੂਰਾ ਹਜੇ ਜਵਾਨ ਹੋਣਾ। ਹਾਂਜੀ ਹਾਂਜੀ, ਹਾਂਜੀ ਹਾਂ, ਘੱਟ 7-8 ਮਹੀਨੇ ਜੀ ਇਹ ਖੀਰੀ ਰਹੂਗੀ। ਹਾਂ, ਖੀਰੀ ਰਹੂਗਾ, ਵੇਖੋ ਹਜੇ ਪੂਰਾ ਜਵਾਨ ਹੋਣਾ ਜੀ ਇਹਨੇ, ਝੋਟੀ ਨੇ। ਚਲੋ ਵੀਰ ਜੀ, ਜੋ ਖਰੀਦਣਾ ਜਾਵੇ ਫਿਰ ਕੀ ਮੁੱਲ ਕਰੋਗੇ ਜੀ ਫਿਰ ਇਹਦਾ? ਕੋਈ ਨਾ ਜੀ, ਇੱਥੇ ਮੌਕੇ 'ਤੇ ਕਰ ਲਾਂਗੇ। ਨਹੀਂ, ਚਲੋ ਮੌਕੇ 'ਤੇ ਕਰਨਾ, ਇੱਕ ਤੁਸੀਂ ਮੁੱਲ ਕਰ ਲੈਂਦੇ? ਨਹੀਂ, ਉਦੋਂ ਮੌਕੇ 'ਤੇ ਕਰ ਲਾਂਗੇ, ਕੋਈ ਗੱਲ ਨਹੀਂ। ਅੱਛਾ, ਮੌਕੇ 'ਤੇ ਕਰੋਗੇ? ਹਾਂ, ਚਲੋ ਕੋਈ ਨਹੀਂ ਜੀ। ਹੋਰ ਇੱਕ ਇਹ ਸੇਲ ਹੈ ਜੀ? ਹਾਂਜੀ ਹਾਂਜੀ, ਇੱਕ ਇਹ ਸੇਲ ਕਰ।
ਠੀਕ ਹੈ ਤੇ ਵੀਰ ਜੀ ਫਿਰ ਇਹ ਕਿਹੜੀ ਲਾਈਨ ਵਿੱਚੋਂ ਆ ਗਈ? ਪੱਪੂ ਸੰਧੂ ਲਾਈਨ ਦੇ ਆ ਜੀ। ਪੱਪੂ ਸੰਧੂ ਲਾਈਨ ਦੇ ਮਤਲਬ ਕਈ ਬੱਚੇ ਆ ਜੀ, ਉਹਨਾਂ 'ਚ ਬਾਬਰਵਾਨ ਕਈ ਹੋਰ ਗਹਿਰੀ ਆ ਕਿ ਅੱਛਾ ਗਹਿਰੀ ਦੀ ਆ ਗਈ, ਠੀਕ ਹੈ ਜੀ। ਤੁਹਾਨੂੰ ਦੱਸ ਪੁੱਛਿਆ ਤੁਸੀਂ ਗਹਿਰੀ ਦੀ ਹੈ ਜੀ? ਦੱਸਿਆ ਗਹਿਰੀ ਦੀ ਆ। ਤੇ ਫਿਰ ਕੋਈ ਰਿਕਾਰਡ ਰਕੂਡ ਪਤਾ ਕੀਤਾ ਨਹੀਂ ਮਾਂ ਦਾ ਕੋਈ? ਜੀ ਸੋਲਾਂ ਪਲੱਸ ਦਾ, ਚਲੋ ਹਰੇਕ ਹੀ ਦੱਸਿਆ ਸੋਲਾਂ ਪਲੱਸ ਹੀ ਹੋਊਗਾ। ਹਾਂਜੀ ਹਾਂ ਬਿਲਕੁਲ ਜੀ ਬਿਲਕੁਲ, ਠੀਕ ਠੀਕ। ਤੇ ਕਿੰਨੀ ਉਮਰ ਹੋ ਗਈ ਜੀ ਇਹਦੀ? ਇਹ ਹੋ ਗਈ ਜੀ ਡੇਢ ਸਾਲ ਤੋਂ ਉੱਪਰ ਹੈ। ਡੇਢ ਸਾਲ ਦੀ ਉੱਪਰ ਹੋ ਗਈ, ਦੋ ਸਾਲਾਂ ਦੇ ਲਗਭਗ। ਤੋਰ ਲਈ ਜਿਹਨੂੰ ਵੀ ਤੋਰਨਾ ਜ਼ਰੂਰੀ ਹੈ ਜੀ ਫਿਰ ਹੈ ਨਾ। ਹੌਲੀ ਹੌਲੀ ਤੋਰ, ਹੌਲੀ ਹੌਲੀ ਲਿਆਓ ਜੀ, ਲਿਆਓ ਲਿਆਓ। ਤੁਸੀਂ ਫੜ ਲਓ ਭਾਅ ਜੀ, ਠੀਕ ਹੈ। ਇੱਕ ਇਹ ਵੀ ਸੇਲ ਹੈ ਜੀ, ਠੀਕ ਹੈ। ਇਹ ਵੀ ਆਪਣੇ ਮਾਲੀ ਦੀ ਜੀ? ਹਾਂ ਇਹ ਵੀ ਆਪਣੇ ਮਾਲੀ, ਆਪਣੇ ਮਾਲੀ ਦੀ, ਠੀਕ ਹੈ। ਅਤੇ ਕਿੰਨੇ ਚਿਰ ਦੀ ਹੋ ਗਈ ਵੀਰ ਜੀ ਇਹ? ਇਹ ਜੀ ਡੇਢ ਸਾਲ ਤੋਂ ਹੋਈ ਹੁਣ, ਡੇਢ ਸਾਲ। ਮਾਂ ਵੇਚਦੀ ਸੀ। ਅੱਛਾ ਮਾਂ ਵੇਚਦੀ, ਠੀਕ ਹੈ। ਘਰ ਦਾ ਵੈਸੇ ਜੰਪ ਲੈਂਦਾ, ਠੀਕ ਹੈ। ਅਤੇ ਇਹਦਾ ਕੀ ਪ੍ਰਾਈਜ਼ ਜੀ ਫਿਰ? ਇਹਦਾ ਵੀ 50,000 ਹੀ ਹੈ। 50,000 ਹੀ, ਠੀਕ ਹੈ ਜੀ। ਚਲੋ ਇਹਨੂੰ ਮਾੜਾ ਘੁਮਾ ਲਓ ਵੀਰ ਜੀ ਤੁਸੀਂ। ਬਸ ਬੰਦ, ਬਸ ਤੋਰਨਾ ਹੀ ਵੇਖਣਾ ਹੁੰਦਾ ਜੀ, ਬਸ ਆਪਾਂ ਬੰਦ ਜੀ ਬੰਦ, ਬਸ ਨਹੀਂ। ਐਨੀਮਲ ਤੁਹਾਡੇ ਸਾਰੇ ਸੋਹਣੇ ਹੈ ਜੀ, ਬਾਕੀ ਜਿੰਨੇ ਵੀ ਜਾਨਵਰ ਆ ਇੱਕ ਤੱਕ ਟੋਪ ਆ ਜੀ, ਠੀਕ ਹੈ ਜੀ। ਬਾਕੀ ਮਾਲੀ ਤੁਹਾਡਾ ਬਹੁਤ ਸੁਨੱਖਾ ਜੀ। ਅਤੇ ਵੀਰ ਜੀ ਇੱਕ ਵਾਰੀ ਨੰਬਰ ਤੁਸੀਂ ਫਿਰ ਬੋਲ ਦਿਓ ਆਪਦਾ ਜੀ। 98727 ਜੀ, ਠੀਕ ਹੈ ਜੀ। 1600, ਠੀਕ ਹੈ। ਜੋ ਕਿਸੇ ਵੀਰ ਨੇ ਤੁਹਾਡੇ ਕੋਈ ਜਿਹੜੀ ਸਿਮ ਲੈਣਾ ਹੁੰਦਾ ਜੀ, ਤੁਹਾਡੇ ਨਾਲ ਕੰਟੈਕਟ ਕਰ ਲੈਣਾ। ਕੋਈ ਬੱਚਾ ਵੀ ਲੈਣਾ ਹੁੰਦਾ ਜਾਂ ਕੱਟੀ ਜਾਂ ਕੱਟਾ ਕੋਈ, ਉਹ ਤੁਹਾਡੇ ਨਾਲ ਗੱਲਬਾਤ ਕਰ ਲੈਣਗੇ, ਠੀਕ ਹੈ ਜੀ। ਹਾਂਜੀ ਚਲੋ ਵੀਰ ਜੀ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।